ਬ੍ਰੇਕ ਤੋਂ ਬਾਅਦ ਤੁਹਾਡਾ ਮੁੜ ਸਵਾਗਤ ਹੈ ਜੀ ਪ੍ਰੋਗਰਾਮ ਚਲਨ ਤੋਂ ਮਸਲੇ 'ਚ ਗੱਲ ਕਰ ਰਹੇ ਹਾਂ ਪੰਜਾਬ 'ਚ ਨਸ਼ੇ ਦੇ ਮਾਮਲੇ ਨੂੰ ਲੈ ਕੇ ਔਰ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਪਰ ਅਸੀਂ ਗੱਲ ਕਰ ਰਹੇ ਹਾਂ। ਜੇ ਤੁਸੀਂ ਦੇਖੋ ਕਿ ਕਾਰਗੁਜ਼ਾਰੀ ਇਸ ਤਰ੍ਹਾਂ ਦੀ ਹੈਗੀ ਹੈ ਜਿਹੜੀ ਬਿਲਕੁਲ ਇਮੈਚੋਰ ਕਾਰਗੁਜ਼ਾਰੀ ਕਹਾਂਗੇ ਅਸੀਂ ਇਹਨੂੰ, ਅਸੀਂ ਮੈਚੋਰ ਕਾਰਗੁਜ਼ਾਰੀ ਨਹੀਂ ਕਹਾਂਗੇ ਕਿ ਤੁਸੀਂ ਸਿਰਫ ਜਿਹੜਾ ਹੈਗਾ ਨਾਮਨਾ ਖੱਟਣ ਲਈ ਜਾਂ ਕੁਝ ਹੋਰ ਕਾਰਨਾਂ ਕਰਕੇ ਤੁਸੀਂ ਜਾਂਦੇ ਹੋ ਕਿਸੇ ਪੁਲਿਸ ਵਾਲੇ ਨੂੰ, ਕਿਸੇ ਦੂਸਰੇ ਸੂਬੇ ਦੀ ਪੁਲਿਸ ਨੂੰ ਸੂਚਨਾ ਦਿੱਤੇ ਬਗੈਰ ਜਾ ਕੇ ਤੁਸੀਂ ਛਾਪੇਮਾਰੀ ਕਰਦੇ ਹੋ, ਤੁਹਾਡਾ ਮਕਸਦ ਕੀ ਹੈ? ਇਹਦੇ ਵਿੱਚ ਇਹ ਵੀ ਹੋ ਸਕਦਾ ਕਿ ਤੁਸੀਂ ਉਹਨਾਂ ਨੂੰ ਫੜ ਕੇ ਇਹ ਦਿਖਾਉਣਾ ਹੋਵੇ ਕਿ ਅਸੀਂ ਉਹਨਾਂ ਨੂੰ ਬਠਿੰਡੇ ਦੇ ਕਿਸੇ ਇਲਾਕੇ 'ਚ ਫੜਿਆ ਜਾਂ ਅਸੀਂ ਕਿਸੇ ਹੋਰ ਇਲਾਕੇ 'ਚ ਫੜਿਆ ਪੰਜਾਬ ਦੇ, ਇਹ ਦਿਖਾਉਣਾ ਹੋਵੇ, ਜਾਂ ਫਿਰ ਤੁਹਾਡਾ ਮਕਸਦ ਕੁਝ ਹੋਰ ਹੋਵੇ, ਕੋਈ ਉਹਦੇ 'ਚ ਕੋਈ ਭ੍ਰਿਸ਼ਟਾਚਾਰ ਦਾ ਮਾਮਲਾ ਵੀ ਹੋ ਸਕਦਾ ਆ ਜਾਂ ਕੋਈ ਹੋਰ ਵੀ ਮਾਮਲਾ ਹੋ ਸਕਦਾ, ਇਹ ਸਾਰੇ ਮਾਮਲੇ ਜਿਹੜੇ ਹੈਗੇ ਆ ਇਹ ਸਿੱਧਾ ਇਸ਼ਾਰਾ ਇਹ ਕਰਦੇ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਲਈ ਪੰਜਾਬ ਪੁਲਿਸ ਜ਼ਿਆਦਾ ਗੰਭੀਰ ਨਹੀਂ ਹੈ, ਨਾਮਨਾ ਖੱਟਣ ਲਈ ਜਾਂ ਕੁਝ ਹੋਰ ਖੱਟਣ ਲਈ ਜ਼ਿਆਦਾ ਗੰਭੀਰ ਆ। ਔਰ ਸਥਿਤੀ ਵੇਖੋ ਕਿਸ ਤਰ੍ਹਾਂ ਦੀ ਬਣ ਗਈ ਕਿ ਪੰਜਾਬ ਪੁਲਿਸ ਦੇ ਉੱਤੇ ਹੀ ਸਗੋਂ ਕਿੰਤੂ ਪਰੰਤੂ ਹੋ ਰਿਹਾ ਆ ਔਰ ਮੁਹਿੰਮ ਨੂੰ ਵੀ ਕਿਤੇ ਨਾ ਕਿਤੇ ਇਸ ਤਰ੍ਹਾਂ ਦਾ ਧੱਕਾ ਲੱਗਦਾ, ਜਿਹੜਾ ਤਸਕਰੀ ਦੇ ਖਿਲਾਫ਼ ਮੁਹਿੰਮ ਛਿੜੀ ਹੋਈ ਹੈ ਪੰਜਾਬ ਪੁਲਿਸ ਨੇ। ਇਹ ਸਾਰੇ ਕਿਉਂਕਿ ਅਫਸਰ ਵੀ ਮਾੜੇ ਨਹੀਂ, ਸਾਰੇ ਮੁਲਾਜ਼ਮ ਵੀ ਮਾੜੇ ਨਹੀਂ ਹੈਗੇ, ਪਰ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਤਾਂ ਸਾਰਾ ਮਹਿਕਮਾ ਸ਼ੱਕ ਦੇ ਘੇਰੇ ਵਿੱਚ ਆ ਜਾਂਦਾ ਆ। ਇਹਦੇ ਵਿੱਚ ਇੱਕ ਨਾਲ ਮੈਂ ਹੋਰ ਵੀ ਦੱਸਣਾ ਚਾਹੁੰਦਾ ਕਿ ਹਾਲ ਹੀ ਵਿੱਚ ਕੱਲ੍ਹ ਪਰਸੋਂ ਦੀ ਇੱਕ ਜਿਹੜੀ ਖਬਰ ਦੇ ਹਵਾਲੇ ਨਾਲ ਇੱਕ ਜਿਹੜੀ ਸੂਚਨਾ ਮੇਰੇ ਕੋਲ ਹੈਗੀ ਉਹ ਇਹ ਆ ਕਿ 2017 ਤੋਂ ਚਾਲੂ ਵਿੱਤੀ ਵਰ੍ਹੇ ਦੌਰਾਨ ਹੈਰੋਇਨ ਜਿਹੜੀ ਹੈਗੀ ਹੈ ਉਹ 87,655 ਕਿਲੋ ਜਿਹੜੀ ਹੈ ਉਹਦੀ ਬਰਾਮਦਗੀ ਹੋਈ ਹੈ। ਇਸੇ ਤਰ੍ਹਾਂ ਸਮੈਕ ਹੈ, ਸਮੈਕ ਵੀ ਜਿਹੜੀ ਹੈਗੀ ਹੈ ਉਹ ਲਗਭਗ ਜਿਹੜੀ ਹੈ 24,000 ਕਿਲੋ ਬਰਾਮਦਗੀ ਦੱਸੀ ਗਈ ਹੈ। ਇਸ ਤੋਂ ਇਲਾਵਾ ਅਫੀਮ ਆ, ਅਫੀਮ ਤਾਂ ਖੈਰ ਬਹੁਤ ਜ਼ਿਆਦਾ ਹੈ, ਉਹ ਤਾਂ ਲਗਭਗ ਜਿਹੜੀ ਹੈਗੀ ਹੈ 1,38,000 ਸਮਥਿੰਗ ਬਣਦੀ ਹੈ। ਔਰ ਭੁੱਕੀ ਜਿਹੜੀ ਆ, ਭੁੱਕੀ ਵੀ ਕੁਦਰਤੀ ਗੱਲ ਹੈ, ਪੰਜਾਬ ਦੇ 'ਚ ਭੁੱਕੀ ਦੀ ਖਪਤ ਵੀ ਬਹੁਤ ਆ, ਉਹ ਵੀ ਕੁਇੰਟਲਾਂ ਦੇ ਹਿਸਾਬ 'ਚ ਹੈ। ਔਰ ਇਸ ਤੋਂ ਇਲਾਵਾ ਚਰਸ ਹੈ ਉਹ 400 ਕਿਲੋ ਦੇ ਲਗਭਗ ਹੈ, 450 ਕਿਲੋ ਦੇ। ਔਰ ਗਾਂਜਾ ਇੱਕ ਪੰਜਾਬ ਦੇ 'ਚ ਇੱਕ ਜਿਹੜੀ ਪੰਜਾਬੀਆਂ ਨੇ ਆਪ ਵੀ ਇਜਾਦ ਕੀਤਾ ਨਸ਼ਾ ਗਾਂਜਾ, ਜਿਹੜਾ ਇਹਦੇ ਤੋਂ ਉਹਨੂੰ ਕੀ ਕਹਿੰਦੇ ਆ ਇੱਕ, ਹਾਂਜੀ ਧਤੂਰਾ ਨਹੀਂ ਹੁੰਦਾ ਜੀ, ਉਹ ਭੰਗ ਦਾ ਬੂਟਾ ਹੁੰਦਾ, ਭੰਗ ਦੇ ਬੂਟੇ ਤੋਂ ਲੋਕ ਜਿਹੜੇ ਹੈ ਆਪ ਬਣਾ ਕੇ ਅਤੇ ਉਹ ਪੀਂਦੇ ਆ। ਉਹ ਵੀ ਜਿਹੜੀ ਹੈਗੀ ਆ ਲਗਭਗ ਜਿਹੜੀ ਹੈਗੀ ਉਹ 5,000 ਕਿਲੋ ਤੋਂ ਵੱਧ ਹੈਗੀ, 5,385 ਕਿਲੋ। ਔਰ ਇਸ ਤੋਂ ਇਲਾਵਾ ਕੋਕੀਨ ਹੈ 87 ਗ੍ਰਾਮ। ਔਰ ਇਹਦੇ ਵਿੱਚ ਫਿਰ ਅੱਗੇ ਕਈ ਤਰ੍ਹਾਂ ਦੇ ਆ ਜਾਂਦੇ ਆ, ਇੱਕ ਇੰਟੋਕਸੀਕੈਂਟ ਪਾਊਡਰ ਹੈ ਉਹ 460 ਗ੍ਰਾਮ ਆ, ਚਿੱਟਾ ਜਿਹਨੂੰ ਅਸੀਂ ਕਹਿੰਦੇ ਹਾਂ 460 ਗ੍ਰਾਮ ਸਿਰਫ, ਜਦਕਿ ਪੰਜਾਬ ਜਿਹੜਾ ਹੈਗਾ ਚਿੱਟੇ ਦੇ ਵਿੱਚ ਬਹੁਤ ਜ਼ਿਆਦਾ ਬਦਨਾਮ ਆ। ਔਰ ਇਸ ਤੋਂ ਇਲਾਵਾ ਗੋਲੀਆਂ ਹੈ, ਗੋਲੀਆਂ ਖੈਰ ਬਹੁਤ ਵੱਡੀ ਗਿਣਤੀ 'ਚ ਗੋਲੀਆਂ, ਟੀਕੇ ਵੱਡੀ ਗਿਣਤੀ 'ਚ ਹੈਗੇ ਆ। ਇਹ ਜਦੋਂ ਚਿੱਟਾ ਨਹੀਂ ਮਿਲਦਾ, ਜਦੋਂ ਪੈਸੇ ਖਤਮ ਹੋ ਜਾਂਦੇ ਆ ਨਸ਼ੇੜੀਆਂ ਕੋਲ, ਅਤੇ ਉਹ ਫਿਰ ਇਸ ਤਰ੍ਹਾਂ ਦੇ ਟੀਕੇ ਗੋਲੀਆਂ ਅਤੇ ਇਹ ਵਰਤਦੇ ਆ। ਔਰ ਹੈਰਾਨੀ ਦੀ ਗੱਲ ਇਹਦੇ ਵਿੱਚ ਇਹ ਹੈਗੀ ਹੈ ਕਿ ਜਿਹੜੇ ਇਹ ਮਾਮਲੇ ਦਰਜ ਕੀਤੇ ਗਏ ਆ ਉਹ 32,553 ਕੀਤੇ ਗਏ ਆ ਅਤੇ ਗ੍ਰਿਫਤਾਰੀਆਂ 39,962। ਇੰਨੀਆਂ ਗ੍ਰਿਫਤਾਰੀਆਂ, ਕੀ ਇੰਨੇ ਤਸਕਰ ਪੰਜਾਬ ਦੇ ਵਿੱਚ ਹੈਗੇ ਆ? ਬਿੰਦੂ ਜੀ ਤੁਸੀਂ ਥੋੜ੍ਹਾ ਜਿਹਾ ਇਹਦੇ ਬਾਰੇ ਜਾਣਕਾਰੀ ਦਿਓ। ਤੁਹਾਡੀ ਪਹਿਲੇ ਤਾਂ ਮੈਨੂੰ ਗੱਲ ਸੁਣ ਕੇ ਬੜੀ ਹੱਸਵੀਣੀ ਲੱਗੀ, 460 ਗ੍ਰਾਮ ਸਿਰਫ ਚਿੱਟਾ। ਸਵੇਰ ਤੋਂ ਸ਼ਾਮ ਤੱਕ ਸਾਰੇ ਟੀਵੀ ਚੈਨਲ ਪਿਛਲੇ ਕਈ ਟਾਈਮ ਤੋਂ ਚਿੱਟਾ ਚਿੱਟਾ ਚਲਾ ਰਹੇ ਆ ਵੀ ਚਿੱਟੇ ਕਾਰਨ ਸਾਡੇ ਜਿਹੜੇ ਨੌਜਵਾਨ ਨੇ ਗਰਕ ਹੋ ਰਹੀ ਹੈ। ਇਹਦੇ ਚ 10 ਕਿਲੋ ਆਈਸ ਡਰਗ ਆ, ਆਈਸ ਡਰਗ। ਹਾਂ ਚਲੋ ਬੇਸਿਕਲੀ ਕਹਿੰਦੇ ਆ ਵੀ ਜਿਹੜੀ ਟਰਮੋਇਲ ਵਰਗੀਆਂ ਗੋਲੀਆਂ ਨੇ ਹੋਰ ਨੇ ਉਹ ਹੁੰਦੀਆਂ। ਔਰ ਸਰਕਾਰਾਂ ਵੀ ਇੱਥੇ ਦਲੀਲ ਕਿੰਨੀ ਵਧੀਆ ਦਿੰਦੀਆਂ, ਹਾਸਾ ਆਉਂਦਾ ਉਸ 'ਤੇ ਵੀ। ਕਹਿੰਦੇ ਕਿਉਂਕਿ ਹੁਣ ਚਿੱਟਾ ਬਹੁਤ ਮਹਿੰਗਾ ਹੋ ਗਿਆ ਸ਼ੁੱਧ ਫਾਰਮ ਦੇ ਵਿੱਚ, ਪਿਓਰ ਫਾਰਮ ਦੇ ਵਿੱਚ, ਤੇ ਦੂਜੀਆਂ ਜਿਹੜੀਆਂ ਨੇ ਚਿੱਟੇ ਦੇ ਵੀ ਅੱਗੇ, ਉਹ ਜਿਹੜਾ ਆਲਰੇਡੀ ਸਿੰਥੈਟਿਕ ਡਰੱਗ ਮੰਨੀ ਜਾਂਦੀ ਹੈ ਉਹਦੇ ਵੀ ਅੱਗੇ ਸਿੰਥੈਟਿਕ ਹੋਰ ਮਿਲਾਵਟੀ ਡਰੱਗ ਆ ਗਈ ਹੈ ਜਿਹੜੀ ਕਿ ਸਸਤੀ ਹੈ। ਇਸ ਕਰਕੇ ਜਿਹੜੇ ਹੁਣ ਨੇ, ਕਿਉਂਕਿ ਉਹ ਮਹਿੰਗੀ ਹੋ ਗਈ ਹੈ ਤੇ ਉਹਦੇ ਤੱਕ ਅਪਰੋਚ ਨਹੀਂ ਕਰ ਪਾਉਂਦੇ ਨਸ਼ੇੜੀ ਤੇ ਉਹ। ਇਹ 'ਚ ਦੂਜੀ ਗੱਲ ਇੱਕ ਸਭ ਤੋਂ ਵੱਡੀ ਜਿਹੜੀ ਹੈਗੀ ਹੈ ਜਿਸ 'ਚ ਸ਼ਾਇਦ ਕਿਤੇ ਨਾ ਕਿਤੇ ਸਰਕਾਰ ਫੇਲ ਹੋ ਰਹੀ ਹੈ, ਉਹ ਇਹ ਹੈਗੇ ਕਿ ਉਹੀ 2 ਗ੍ਰਾਮ 4 ਗ੍ਰਾਮ ਵਾਲੇ ਜਿਹੜੇ ਨੇ ਉਹ ਫੜੇ ਜਾਂਦੇ ਨੇ, ਉਹਨਾਂ ਨੂੰ ਫੜ ਫੜ ਕੇ ਅੰਦਰ ਦਿੱਤਾ ਗਿਆ। ਉਹਨਾਂ ਦਾ ਜੋੜ ਤੋੜ ਲਾ ਕੇ ਤੇ ਇੰਨੀ ਬਣਦੀ ਹੋਊਗੀ। ਜਿਹੜੀ ਵਿੱਚ ਦੀ ਜਿਹੜੀ ਗੱਲ ਹੈਗੀ ਹੈ ਉਹ ਹੈ ਕਿ ਬਿਗ ਫਿਸ਼ ਜਿਹਨੂੰ ਆਪਾਂ ਕਹਿੰਦੇ ਹਾਂ ਵੱਡੇ ਮੱਛ, ਉਹ ਹਜੇ ਵੀ ਉਸੇ ਤਰੀਕੇ ਨਾਲ ਬਾਹਰ ਦੇ ਬਾਹਰ। ਤੁਸੀਂ ਗੱਲ ਕਰ ਰਹੇ ਹੋ, ਮੈਂ ਤੁਹਾਨੂੰ ਦੁਬਾਰਾ ਯਾਦ ਕਰਾਉਣਾ ਜਿਹੜੇ ਕੇਸ ਦਰਜ ਹੋਏ ਆ 2017 ਤੋਂ ਲੈ ਕੇ 2019 ਤੱਕ ਹੁਣ ਤੱਕ, ਯਾਨੀ ਉਹ ਹੋਇਆ 32,553 ਕੇਸ ਦਰਜ ਹੋਇਆ ਔਰ ਗ੍ਰਿਫਤਾਰੀਆਂ 39,962 ਹੋਈਆਂ। ਮੇਰਾ ਇਹ ਸਵਾਲ ਤੁਹਾਨੂੰ ਸੀ, ਜਿਹੜੀ ਤੁਸੀਂ ਆਪ ਹੀ ਗੱਲ ਕਰ ਰਹੇ ਹੋ, ਕਿ ਕੀ ਇੰਨੇ ਤਸਕਰ
39,962 तस्कर पंजाब च सरगर्म हैगे आ। जे इन्ने सरगर्म हैगे तो पीण वाले किन्ने होणगे, ये मतलब ये तो विचार करना। नहीं, उहदे च वी जिहड़े तस्कर ने जिहड़े अंदर दित्ते ना, उही फिर मैं उही उहदे जवाब भी दे रही हां कि जो जो ज्यादा जिहड़े ने, तुसीं चाहे इहदा डाटा प्रॉपर तरीके नाल कढ के दे लो, देख लो 2 या 5 ग्राम वाले ही ने जिहड़े कि खुद कंज्यूमर ने, ਉਹ ਖੁਦ ਜਿਹੜੇ ਨੇ ਆਦੀ ਨੇ ਇਸ ਚੀਜ਼ ਦਾ, ਐਡਿਕਟ ਨੇ। ਅਸੀਂ ਉਹਨਾਂ ਦੀ ਇਹੀ ਪਿੱਛੇ ਇੱਕ ਅਸੀਂ ਮੁਹਿੰਮ, ਜਿਨ੍ਹਾਂ ਨਾਲ ਹਮਦਰਦੀ ਚਾਹੀਦੀ ਹੈ, ਜਿਨ੍ਹਾਂ ਦਾ ਇਲਾਜ ਚਾਹੀਦਾ ਹੈ। ਅਸੀਂ ਇੱਥੇ ਹੀ ਇੱਕ ਮੁਹਿੰਮ ਸ਼ੁਰੂ ਕੀਤੀ ਸੀਗੀ, ਮੈਂ ਉਹਦੀ ਮੈਂਬਰ ਸੀਗੀ ਖੁਦ, ਤੇ ਉਹਦੇ ਵਿੱਚ ਇਹੀ ਗੱਲ ਅਸੀਂ ਮਤਲਬ ਕਾਲਾ ਹਫ਼ਤਾ ਵੀ ਮਨਾਇਆ ਸੀ, ਚਿੱਟੇ ਨੂੰ ਲੈ ਕੇ ਮਨਾਇਆ ਸੀ, ਹੋਰ ਬਹੁਤ ਵੱਡੀ ਉਹ ਸਟੇਜ 'ਤੇ ਲੈ ਕੇ ਗਏ ਸੀ। ਉਹਦੇ ਵਿੱਚ ਇਹੀ ਗੱਲ ਬਾਰ ਬਾਰ ਕਹਿ ਰਹੇ ਸੀ ਕਿ ਜਿਹੜੇ ਖੁਦ ਮਰੀਜ਼ ਨੇ ਉਹਨਾਂ ਨੂੰ ਤੁਸੀਂ ਫੜ ਫੜ ਕੇ ਅੰਦਰ ਦੇ ਰਹੇ ਹੋ, ਜਿਨ੍ਹਾਂ ਨਾਲ ਤੁਹਾਨੂੰ ਹਮਦਰਦੀ ਚਾਹੀਦੀ, ਜਿਨ੍ਹਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਬਾਲੀ ਜੀ, ਇਹ ਇਹ ਮਾਮਲਾ ਤੁਹਾਡੀ ਸਰਕਾਰ ਵੇਲੇ ਵੀ ਰਿਹਾ ਆ, ਤੁਹਾਡੀ ਸਰਕਾਰ ਵੀ ਆਪਣੇ ਵੇਲੇ ਦੇ ਥੋੜ੍ਹੇ ਬਹੁਤ ਅੰਕੜੇ ਜਿਹੜੇ ਕਿ ਜਾਰੀ ਕਰਦੀ ਰਹੀ ਹੈ, ਸਰਕਾਰ ਨੂੰ ਕਰਨਾ ਕੀ ਚਾਹੀਦਾ ਅਤੇ ਕਰ ਕੀ ਰਹੀ ਹੈ? ਦੇਖੋ, ਇੱਕ ਤਾਂ ਬਿੰਦੂ ਜੀ ਨੂੰ ਬੜੇ ਉਹਦੇ ਵਿਸਥਾਰ ਨਾਲ ਤੁਹਾਨੂੰ ਦੱਸਤਾ, ਤੁਸੀਂ ਆਪ ਵੀ ਦੱਸ ਰਹੇ ਹੋ, ਜਿਹੜੇ ਛੋਟੇ ਜਿਹੜੇ ਖਰੀਦ ਵਾਲੇ ਬੰਦੇ ਹੈਗੇ ਨੇ, ਜਿਹਨਾਂ ਨੂੰ ਆਦਤ ਹੈਗੀ ਇਸ ਚੀਜ਼ ਦੀ, ਉਹ ਆਪ ਹੀ ਬਿਮਾਰੂ ਨੇ ਵਿਚਾਰੇ। ਸਰਕਾਰ ਨੂੰ ਉਹਨਾਂ ਦਾ ਇੰਤਜ਼ਾਮ ਕਰਨਾ ਚਾਹੀਦਾ, ਬਲਕਿ ਸਰਕਾਰ ਉਹਨਾਂ ਨੂੰ ਫੜ ਕੇ ਹੀ ਅੰਦਰ ਦੇ ਦਿੰਦੀ ਹੈ, ਅਤੇ ਇਹ ਵੱਡੇ ਜਿਹੜੇ ਮਗਰਮੱਛ ਨੇ ਉਹਨਾਂ ਨੂੰ ਫੜਦੇ ਨਹੀਂ। ਮੈਨੂੰ ਇਹ ਲੱਗਦਾ ਹੈ ਕਿ ਸਰਕਾਰ ਜਿਹੜੀ ਹੈਗੀ ਹੈ, ਅਸੀਂ ਬਾਰ ਬਾਰ ਇਸ ਗੱਲ ਨੂੰ ਕਹਿ ਰਹੇ ਹਾਂ, ਤੁਸੀਂ ਬਾਰ ਬਾਰ ਅਕਾਲੀ ਦਲ ਦੀ BJP ਦੀ ਗੱਲ ਕਰਦੇ, ਮੈਂ ਬਾਰ ਬਾਰ ਕਾਂਗਰਸ ਦੀ ਗੱਲ ਕਰਾਂਗਾ। ਬਾਰ ਬਾਰ ਜਦੋਂ ਪਿਛਲੀਆਂ ਸਰਕਾਰਾਂ ਦੇ ਕੋਲੋਂ ਕੋਈ ਇਹੋ ਜਿਹੀਆਂ ਗੱਲਾਂ ਹੁੰਦੀਆਂ, ਲੋਕ ਬਦਲ ਦਿੰਦੇ ਉਹਨਾਂ ਨੂੰ, ਅੱਜ ਬਦਲ ਦਿੰਦੇ ਨੇ ਤੇ ਇਹਨੇ ਕੀਤਾ ਕੀ ਸਰਕਾਰ ਨੇ? ਇੱਥੇ ਆਹ ਪੁੱਛਦੇ ਆ, ਨਹੀਂ ਸਰਕਾਰ ਬਿਲਕੁਲ ਬਾਲੀ ਸਾਹਿਬ ਕਿਸੇ ਸੂਬੇ ਦੀ ਇਸ ਤੋਂ ਵੱਧ ਮਾੜੀ ਹਾਲਤ ਕੀ ਹੋ ਸਕਦੀ ਹੈ ਕਿ ਸਰਕਾਰਾਂ ਨਸ਼ੇ ਨੂੰ ਆਧਾਰ ਬਣਾ ਕੇ ਬਦਲੀਆਂ ਜਾਣ? ਠੀਕ, ਇਸ ਤੋਂ ਮਾੜਾ ਕੋਈ ਸੂਬਾ ਕੀ ਹੋ ਸਕਦਾ ਹੈ? ਔਰ ਉਹ 10 ਸਾਲ ਸੂਬੇ ਨੂੰ ਮਾੜੀ ਹਾਲਤ ਵਿੱਚ ਧੱਕਣ ਲਈ ਜਿਹੜੀ ਸਰਕਾਰ ਜ਼ਿੰਮੇਵਾਰ ਹੈ, ਉਹਨੂੰ ਤੁਸੀਂ ਕਹਿ ਰਹੇ ਹੋ ਕਿ ਠੀਕ ਹੈ ਇਹਨੂੰ ਬਦਲਤਾ? ਗੱਲ ਸਿਰਫ ਇੰਨੀ ਹੈ ਕੀ? ਗੱਲ ਇੰਨੀ ਹੈ ਸਿਰਫ? ਮੈਨੂੰ ਤੁਸੀਂ ਦੱਸ ਦਿਓ ਜੀ ਕੀ ਇੰਨੀ ਵਾਰ, ਤੁਸੀਂ ਇਸ ਤੋਂ ਬਾਅਦ ਦੱਸ ਦਿਓ ਕੀ ਕੀਤਾ ਸਰਕਾਰ? ਕੀ ਉਹ ਦੁਬਾਰਾ ਸਰਕਾਰ ਆਉਣ ਦੇ ਯੋਗ ਹੈ? ਕੀ ਉਸ ਪਾਰਟੀ ਨੂੰ ਦੁਬਾਰਾ ਡਿਸਾਈਡ? ਮੈਂ ਤੁਸੀਂ ਥੋੜੀ ਬੈਗੇ ਟੇਬਲ ਤੇ ਕਰ ਲੋਕ 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 ਤਾਂ ਆਪ ਹੀ ਡਿਸਾਈਡ ਕਰਨਗੇ। ਤਾਂ ਅਮਰਿੰਦਰ ਸਿੰਘ, ਤੁਸੀਂ ਇਹ ਗੱਲ ਦੱਸੋ ਕਿ ਉਹ ਦੁਬਾਰਾ ਕਾਬਲ ਹੈਗਾ ਕਿ ਸਰਕਾਰ ਉਹਨਾਂ ਦੇ ਦੁਬਾਰਾ ਲੈਂਦੀ ਹੈ? ਦੇਖੋ ਮਦਨਦੀਪ ਜੀ, ਲੋਕਾਂ ਦੀ ਭਾਵਨਾ ਦੇ ਨਾਲ ਖਿਲਵਾੜ ਹੁੰਦਾ ਹੈ, ਹੁੰਦਾ ਆਇਆ ਤੇ ਹੁੰਦਾ ਰਹੇਗਾ, ਕਿਉਂਕਿ ਇਹ ਦੋਵੇਂ ਜਿਹੜੀਆਂ ਸਰਕਾਰਾਂ ਬਣਾਉਣ ਵਾਲੀਆਂ ਜਾਂ ਜਾਣ ਵਾਲੀ ਜਾਂ ਬਣਨ ਵਾਲੀ ਆ, ਉਹ ਆਪਸ 'ਚ ਰਲੀਆਂ ਹੋਈਆਂ, ਉਹਨਾਂ ਨੇ ਵਾਰੀਆਂ ਵੰਡੀਆਂ ਹੋਈਆਂ। ਪ੍ਰੋਬਲਮ ਖਾਲੀ ਅਸੀਂ ਪੁਲਿਸ ਨੂੰ ਮਤਲਬ ਟਾਰਗੇਟ ਕਰਕੇ ਦੇਖ ਰਹੇ ਹਾਂ, ਖਾਲੀ ਪੁਲਿਸ ਨਹੀਂ, ਪੂਰੇ ਸਿਸਟਮ ਨੂੰ ਦੇਖਣਾ ਪਏਗਾ। ਜਿੰਨੀ ਡਰੱਗ ਦੀ ਤੁਸੀਂ ਇੱਕ ਦੱਸੀ ਹੈ ਕਿ ਇੰਨੀ ਚੀਜ਼ਾਂ ਬਰਾਮਦ ਹੋਈਆਂ, ਇਹ ਜਦੋਂ ਅੱਗੇ ਲੈਬ ਦੇ ਵਿੱਚ ਜਾਣਗੀਆਂ ਟੈਸਟਿੰਗ ਲਈ ਜਾਣਗੀਆਂ, ਇਹਨਾਂ 'ਚੋਂ ਮੈਜੋਰਟੀ ਜਿਹੜੀਆਂ ਉੱਥੇ ਫੇਲ ਹੋ ਜਾਣਗੀਆਂ, ਨੈਕਸਸ ਉੱਥੇ ਤੱਕ ਵੀ ਗਿਆ ਹੋਇਆ। ਉਸ ਤੋਂ ਬਾਅਦ ਜਿਹੜਾ ਮੁਕੱਦਮਾ ਚੱਲੇਗਾ ਕੋਰਟ ਦੇ ਵਿੱਚ, ਉੱਥੇ ਮੁਕੱਦਮੇ ਫੇਲ ਹੋ ਜਾਣਗੇ, ਕਿਉਂਕਿ ਪ੍ਰੋਪਰਲੀ ਉਹ ਕੇਸ ਬਣਾਇਆ ਨਹੀਂ ਜਾਂਦਾ। ਉਹ ਪਤਾ ਨਹੀਂ ਡਰੱਗ ਹੈ ਵੀ ਹੈ ਕਿ ਉਹਦੇ 'ਚ ਸਾਬਣ ਹੀ ਰੱਖਤਾ ਉੱਥੇ ਪੁਲਿਸ ਨੇ ਆਪਣੀ ਨੰਬਰ ਨੂੰ ਚੱਕਣ ਲਈ, ਇਹ ਵੀ ਇੱਕ ਬਹੁਤ ਵੱਡਾ ਮਸਲਾ। ਅਤੇ ਅਸਲੀ ਡਰੱਗ ਉਹ, ਇੱਥੋਂ ਤੱਕ ਵੀ ਰਿਪੋਰਟਸ ਆਉਂਦੀਆਂ ਕਿ ਮਾਲਖਾਨਿਆਂ ਦੇ ਵਿੱਚੋਂ ਡਰੱਗ ਵਿਕਦੀ ਹੈ, ਜਿਹੜੀ ਤਸਕਰਾਂ ਕੋਲੋਂ ਫੜੀ ਜਾਂਦੀ ਹੈ ਉੱਥੇ ਹੀ ਵਿਕਣ ਲੱਗ ਜਾਂਦੀ ਆ। ਉਹ ਪੰਜਾਬ ਪੁਲਿਸ ਦੇ ਕਿੰਨੇ ਮੁਲਾਜ਼ਮ ਇਸ ਦੇ ਵਿੱਚ ਫੜੇ ਹੋਏ ਹੈਗੇ ਆ। ਸੋ ਮਤਲਬ ਇਹ ਖਾਲੀ ਆਪਾਂ ਅਕਾਲੀ ਦਲ ਨੂੰ ਜਾਂ ਕਾਂਗਰਸ ਦੀ ਗੱਲ ਨਹੀਂ ਕਰ ਸਕਦੇ, ਪੂਰਾ ਸਿਸਟਮ ਫੇਲੀਅਰ ਹੋਇਆ ਹੋਇਆ ਇੱਥੇ, ਅਤੇ ਉਹ ਸਿਸਟਮ ਨੂੰ ਦੁਬਾਰਾ ਸੁਰਜੀਤ ਕਰਨ ਦੀ ਲੋੜ ਹੈ। ਕੈਪਟਨ ਸਾਹਿਬ ਨੇ ਉਸ ਨੂੰ ਆ ਕੇ ਇੱਕ ਵਾਰੀ ਸ਼ੁਰੂ ਜ਼ਰੂਰ ਕੀਤੀ ਸੀ, ਉਹਨਾਂ ਨੇ SIT ਵੀ ਬਣਾਈ, ਹਰਪ੍ਰੀਤ ਸਿੱਧੂ ਨੂੰ ਵੀ ਲਾਇਆ, ਲੇਕਿਨ ਉਹਨਾਂ ਨੇ ਪੈਰ ਪਿੱਛੇ ਖਿੱਚ ਲਏ, ਹਰਪ੍ਰੀਤ ਸਿੱਧੂ ਨੂੰ ਹਟਾ ਲਿਆ। ਇਹ ਸਾਡੇ ਸਾਹਮਣੇ ਹੋਇਆ ਸਭ ਕੁਝ। ਜਿਹੜਾ ਬੰਦਾ ਤੁਸੀਂ ਇੱਕ ਬੰਦੇ ਨੂੰ ਤੁਸੀਂ ਜ਼ਿੰਮੇਵਾਰੀ ਦਿੱਤੀ ਹੈ ਕਿ ਤੂੰ ਜਾ ਨਸ਼ਿਆਂ ਦੇ ਖਿਲਾਫ ਲੜਨਾ ਹੈ, ਤੇ ਅੱਧ ਦੇ ਵਿੱਚ ਉਹਨੂੰ ਕਿਹਾ ਹੁਣ ਤੂੰ ਮੁੜਿਆ, ਮੇਰੇ ਤੇ ਦਬਾਅ ਬਣ ਰਿਹਾ, ਤੂੰ ਸਹੀ ਕੰਮ ਨਹੀਂ ਕਰ ਰਿਹਾ, ਤੇ ਇਹ ਸਭ ਅਸੀਂ ਸਭ ਨੇ ਦੇਖਿਆ ਇਹ। ਸੋ ਉਹਨਾਂ ਦੀ ਜਿਹੜੀ ਮਤਲਬ ਜਿੱਥੇ ਉਹਨਾਂ ਨੇ ਸਹੁੰ ਚੱਕੀ ਸੀ, ਉਹ ਸਹੁੰ ਤੋਂ ਵੀ ਪਿੱਛੇ ਹਟੇ ਆ। ਜੋ ਮਰਜ਼ੀ ਤੁਸੀਂ ਸਮਝ ਲਓ ਦਾ ਇਨਫਰੈਂਸ, ਜੋ ਮਰਜ਼ੀ ਕੱਢੋ ਕਿ ਗੁਟਕਾ ਸਾਹਿਬ ਦੀ ਸਹੁੰ ਚੱਕੀ, ਪਬਲਿਕ ਦੇ ਸਾਹਮਣੇ SIT ਬਣਾਈ, SIT ਦੇ ਚੀਫ ਨੂੰ ਅੱਧ ਦੇ ਵਿੱਚੋਂ ਮੋੜ ਲਿਆ। ਸੋ ਇਹਦਾ ਕੀ ਇਨਫਰੈਂਸ ਹੈ? ਇਹ ਬਹੁਤ ਕੁਝ ਬੋਲਦਾ ਹੈ। ਸੋ ਮਤਲਬ ਇਹ ਮਸਲਾ ਖਾਲੀ ਇੱਥੇ ਡਿਬੇਟ ਦੇ ਨਾਲ ਹੱਲ ਨਹੀਂ ਹੋਣਾ, ਬੜੀ ਸਟਰੋਂਗ ਵਿਲ ਚਾਹੀਦੀ ਹੈ। ਤੇ ਇਹਦਾ ਜਿਹੜਾ ਇਹਦੇ 'ਚੋਂ ਪੈਸਾ ਜਿਹੜਾ ਆ ਰਿਹਾ ਹੈ, ਅਸਲੀ ਜਿਹੜੀ ਜੜ ਹੈ ਉਹ ਪੈਸਾ ਹੈ, ਕਿਉਂਕਿ ਉਹ ਡਰੱਗ ਮਨੀ ਦੇ ਵਿੱਚੋਂ, ਪਹਿਲਾਂ ਇਹ ਕਿਸੇ ਸਿਰਫ ਮਾਰਕੀਟ ਦੇ ਤੌਰ 'ਤੇ ਸੀਗਾ ਕਿ ਬਈ ਟ੍ਰਾਂਜ਼ਿਟ ਹੁੰਦਾ ਸੀ ਗੋਲਡਨ ਕ੍ਰਿਸੈਂਟ ਦੇ ਵਿੱਚੋਂ, ਇਰਾਨ ਤੋਂ ਡਰੱਗ ਆ ਰਹੀ ਹੈ, ਅਫਗਾਨਿਸਤਾਨ ਤੋਂ ਆ ਰਹੀ ਹੈ, ਵਾਇਆ ਪਾਕਿਸਤਾਨ ਆ ਰਹੀ ਹੈ, ਮਾਰਕੀਟ ਹੈ ਇੱਥੋਂ ਅੱਗੇ ਜਾ ਰਹੀ ਹੈ, ਲੇਕਿਨ ਉਹਨਾਂ ਨੇ ਇੱਥੇ ਇੱਕ ਮੰਡੀ ਦੇ ਨਾਲ ਨਾਲ ਉਹਨੂੰ ਇੱਥੇ ਖਪਤ ਕਰਨੀ ਵੀ ਸ਼ੁਰੂ ਕਰਤੀ ਕਿ ਇੱਥੇ ਹੀ ਜਿਹੜੇ ਇਹਦੇ ਖਪਤਕਾਰ ਪੈਦਾ ਕੀਤੇ ਜਾਣ, ਤੇ ਡਰੱਗ ਨੂੰ ਇੱਥੇ ਸਕੂਲਾਂ ਦੇ ਵਿੱਚ ਵੰਡਣਾ ਸ਼ੁਰੂ ਕੀਤਾ, ਉਹ ਅਡਿਕਟ ਖੜੇ ਕੀਤੇ ਵੀ ਇੱਥੇ ਹੀ ਵਿਕਣੀ ਸ਼ੁਰੂ ਹੋ ਜਾਏ। ਉਹ ਜਿਹੜਾ ਮਸਲਾ ਹੈ ਉਹਨੇ ਪੰਜਾਬ ਨੂੰ ਉਜਾੜਿਆ, ਮਤਲਬ ਪੰਜਾਬ ਨੂੰ ਅੱਜ ਇੰਡੀਆ ਦਾ ਡਰੱਗ ਹੈਵਨ ਕਿਹਾ ਜਾਂਦਾ, ਹਿੰਦੁਸਤਾਨ ਦਾ ਡਰੱਗ ਹੈਵਨ ਜਿਹੜਾ ਉਹ ਪੰਜਾਬ ਹੈ। ਨਹੀਂ, ਮਸਲਾ ਇਹ ਹੈ ਬਿੰਦੂ ਸਿੰਘ ਜੀ, ਜਦੋਂ ਇੱਕ ਜਿਹੜਾ ਅੱਜ ਜਿਹੜੇ ਮੁੱਖ ਮੰਤਰੀ ਨੇ
ਉਹ ਜਦੋਂ ਚੋਣ ਪ੍ਰਚਾਰ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਬਣਨ ਵਾਸਤੇ ਚੋਣ ਪ੍ਰਚਾਰ ਕਰਦੇ ਹੈ ਔਰ ਉਹ ਇੱਕ ਸਭ ਤੋਂ ਜਿਹੜਾ ਸਾਡੇ ਲਈ ਇੱਕ ਮਹਾਨ ਗ੍ਰੰਥ ਜਿਹਨੂੰ ਅਸੀਂ ਸਮਝਦੇ ਹਾਂ ਉਹ ਹੱਥੇ ਫੜ ਕੇ ਇਹ ਗੱਲ ਕਹਿੰਦੇ ਹੈ ਕਿ ਉਹ ਸਿਆਸਤਦਾਨਾਂ ਤਸਕਰਾਂ ਅਤੇ ਪੁਲਿਸ ਅਫਸਰਾਂ ਵਿਚਾਰ ਜਿਹੜਾ ਗੜਚੋੜ ਆ ਉਹਦਾ ਲੱਕ ਤੋੜ ਦੇਣਗੇ ਚਾਰ ਹਫ਼ਤਿਆਂ 'ਚ ਜਦੋਂ ਮੁੱਖ ਮੰਤਰੀ ਬਣਦੇ ਹੈ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਭੁੱਲ ਜਾਂਦੀਆਂ ਜਿਵੇਂ ਕਿ ਅਮਰਿੰਦਰ ਸਿੰਘ ਕਹਿ ਰਿਹਾ ਕਿ ਉਹਨਾਂ ਨੇ ਜਿਹੜਾ ਪੁਲਿਸ ਅਫਸਰ ਇੱਕ ਚੰਗਾ ਪੁਲਿਸ ਅਫਸਰ ਲਾਇਆ ਸੀ ਉਹਨੂੰ ਵੀ ਇਸ ਕਰਕੇ ਪਿੱਛੇ ਲੈ ਕੇ ਜਾਣਾ ਪੈ ਗਿਆ ਕਿਉਂਕਿ ਦਬਾਅ ਬਣਿਆ ਹੋਇਆ ਸੀ ਦਬਾਅ ਕਿਹਦਾ ਹੋ ਸਕਦਾ ਦੂਜੀ ਗੱਲ ਇਹ ਹੈਗੀ ਹੈ ਕਿ ਜੇਕਰ ਜਿਵੇਂ ਬਾਲੀ ਜੀ ਕਹਿ ਰਿਹਾ ਕਿ ਪਿਛਲੀ ਸਰਕਾਰ ਜਿਹੜੀ ਹੈਗੀ ਸੀ ਉਹਨੂੰ ਲੋਕਾਂ ਨੇ ਇਸ ਕਰਕੇ ਤੁਰਦਾ ਕਰਤਾ ਵੀ ਉਹਦੇ 'ਤੇ ਇਲਜ਼ਾਮ ਸੀਗੇ ਨਸ਼ਿਆਂ ਦੇ ਕੀ ਹੁਣ ਅਕਾਲੀ ਦਲ ਨੂੰ ਦੁਬਾਰਾ ਸਰਕਾਰ ਬਣਾਉਣ ਦਾ ਜਿਹੜਾ ਹੈਗਾ ਉਹ ਦੁਬਾਰਾ ਮੌਕਾ ਮਿਲਣਾ ਚਾਹੀਦਾ ਜਿਹੜੀ ਸਰਕਾਰ 10 ਸਾਲ ਨਸ਼ਿਆਂ ਦੇ ਮੁੱਦੇ ਦੇ ਉੱਤੇ ਚਲਦੀ ਕਰ ਦਿੱਤੀ ਗਈ ਹੋਵੇ ਕੀ ਉਹਦੇ 'ਤੇ ਮੁੜ ਯਕੀਨ ਹੋ ਸਕਦਾ ਲੋਕਾਂ ਨੂੰ ਕਰਨਾ ਚਾਹੀਦਾ ਇਹ ਜਿਹੜੇ ਮਸਲੇ ਹੈਗੇ ਆ ਪੰਜਾਬ ਦੇ ਨਾਲ ਇੰਨੇ ਮੈਂ ਵੇਖਿਆ ਆਮ ਤੌਰ 'ਤੇ ਬਾਲੀ ਜੀ ਨਹੀਂ ਅਕਾਲੀ ਦਲ ਦੇ ਬੜੇ ਵੱਡੇ ਵੱਡੇ ਲੀਡਰ ਇਹ ਗੱਲ ਕਹਿੰਦੇ ਆ ਕਿ ਦੇਖੋ ਜੀ ਸਾਡੇ ਇਲਜ਼ਾਮ ਸੀ ਲੋਕਾਂ ਨੇ ਕਿਹਾ ਸਾਨੂੰ ਸਾਈਡ 'ਤੇ ਕਰਤਾ ਕਿ ਇੰਨੇ ਨਾਲ ਬਰੀ ਹੋ ਸਕਦੇ ਆ ਅਕਾਲੀ ਦਲ ਦੇ ਲੀਡਰਸ਼ਿਪ ਜਿਹੜੀ ਹੈਗੀ ਹੈ ਦੇਖੋ ਮਦਨਦੀਪ ਜੀ ਇਸ ਤੋਂ ਇੱਕ ਥੋੜ੍ਹੀ ਜਿਹੀ ਮੈਂ ਵੱਖ ਗੱਲ ਜ਼ਰੂਰ ਕਰਾਂ ਕਿ ਦੇਖੋ ਜਿੱਥੋਂ ਤੱਕ ਡਰੱਗ ਦਾ ਮਸਲਾ ਹੈ ਖਾਸ ਕਰਕੇ ਜੇ ਹੁਣ ਪੰਜਾਬ ਦੀ ਗੱਲ ਕਰੀਏ ਜਦੋਂ ਤੁਹਾਡੇ ਬੱਚੇ ਕੋਈ ਵੀ ਤੁਹਾਡਾ ਬੱਚਾ ਸਕੂਲ ਦੇ ਵਿੱਚ 8ਵੀਂ 9ਵੀਂ ਦੇ ਵਿੱਚ ਪਹੁੰਚ ਜਾਂਦਾ ਤੇ ਤੁਹਾਨੂੰ ਸ਼ਾਇਦ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਕਿ ਜਿਹੜੇ ਡਰੱਗ ਪੈਡਲਰਸ ਜਾਂ ਜਿਹੜੇ ਸਮਗਲਰਸ ਜਾਂ ਵੇਚਣ ਵਾਲੇ ਨੇ ਜਿਹੜੇ ਇਹਦੇ ਟ੍ਰੇਡਰਸ ਉਹ ਤੁਹਾਡੇ ਬੱਚੇ ਦੀਆਂ ਪੈੜਾਂ ਗਿਣਨੀਆਂ ਸ਼ੁਰੂ ਕਰ ਦਿੰਦੇ ਆ ਤੇ ਉਹਦੇ ਨਾਲ ਹੌਲੀ ਹੌਲੀ ਜਿਹੜਾ ਉਹਨੂੰ ਲੁਭਾਉਣਾ ਸ਼ੁਰੂ ਕਰ ਦਿੰਦੇ ਆ ਫਿਰ ਹੌਲੀ ਹੌਲੀ ਕੀ ਹੁੰਦਾ ਇੱਕ ਸਾਥੀ ਦੂਜੇ ਨੂੰ ਜਾਂ ਉਹ ਕਿਸੇ ਤਰੀਕੇ ਨਾਲ ਸਾਥੀ ਬਣ ਕੇ ਉਹਨਾਂ ਨੂੰ ਪਹਿਲੇ ਥੋੜ੍ਹੀ ਜਿਹੀ ਡੋਜ਼ ਦਿੱਤੀ ਜਾਂਦੀ ਹੈ ਹੁਣ ਉਹਦੀ ਅਗਲੀ ਗੱਲ ਹੈ ਕਿ ਉਹ ਬੱਚੇ ਇਸ ਤਰੀਕੇ ਨਾਲ ਹੌਲੀ ਹੌਲੀ ਆਦੀ ਬਣਾਏ ਜਾਂਦੇ ਆ ਫਿਰ ਦੂਜੀ ਗੱਲ ਹੈ ਤੁਸੀਂ ਆਪਾਂ ਉਹ ਦੋ ਤਿੰਨ ਚੀਜ਼ਾਂ ਜਿਹੜੀਆਂ ਭੁੱਲ ਰਹੇ ਹਾਂ ਨੈਕਸਸ ਦੀ ਜਿੱਥੇ ਤੁਸੀਂ ਗੱਲ ਕੀਤੀ ਹੈ ਪੁਲਿਸ ਨੈਕਸਸ ਤਾਂ ਇੱਕ ਪਾਸੇ ਹੈ ਵੀ ਵੇਚਣ ਵਾਲੀ ਪਾਸੇ ਆਪਾਂ ਕਈ ਵੀਡੀਓਜ਼ ਔਰ ਕਈ ਖਬਰਾਂ ਪਿਛਲੇ ਦਿਨਾਂ 'ਚ ਨਸ਼ਰ ਹੋਈਆਂ ਨੇ ਛਾਇਆ ਹੋਈਆਂ ਨੇ ਜਿਹਦੇ ਵਿੱਚ ਪੁਲਿਸ ਵਾਲੇ ਖੁਦ ਡਰੱਗਸ ਲੈਂਦੇ ਹੋਏ ਜਿਹੜੇ ਉਹ ਪਕੜੇ ਗਏ ਨੇ ਔਰ ਉਹ ਨਸ਼ਰ ਹੋਈਆਂ ਨੇ ਸਾਫ਼ ਤੌਰ 'ਤੇ ਉਹ ਖਬਰਾਂ ਆਈਆਂ ਨੇ ਤੁਹਾਡੀ ਮੇਰੇ ਮਨ ਘੜੰਦ ਗੱਲ ਨਹੀਂ ਹੈਗੀ ਇਹ ਬਹੁਤ ਇੰਪੋਰਟੈਂਟ ਹੈ ਗੱਲ ਵੀ ਤੁਸੀਂ ਦੇਖੋ ਜਿਨ੍ਹਾਂ ਨੂੰ ਆਪਾਂ ਇੱਕ ਮਿੰਟ ਲਈ ਟਾਰਗੇਟ ਵੀ ਕਰ ਰਹੇ ਹਾਂ ਜਿਨ੍ਹਾਂ 'ਤੇ ਪ੍ਰੈਸ਼ਰ ਵੀ ਹੈ ਸ਼ਾਇਦ ਸੂਬੇ ਵੱਲੋਂ ਜਾਂ ਸਰਕਾਰਾਂ ਵੱਲੋਂ ਵੀ ਫੜੋ ਨਸ਼ਾ ਤਸਕਰੀ ਬੰਦ ਕਰੋ ਤਸਕਰ ਫੜੋ ਜਾਂ ਜਿਵੇਂ ਬਾਰ ਬਾਰ ਗੱਲਾਂ ਹੁੰਦੀਆਂ ਆਈਆਂ ਨੇ ਪਰ ਉਹਦੇ ਬਾਵਜੂਦ ਉਹ ਖੁਦ ਵੀ ਉਹ 'ਚ ਗਲਤਾਨ ਹੋ ਰਹੇ ਨੇ ਇਹ ਬਹੁਤ ਵੱਡੀ ਗੱਲ ਹੈ ਔਰ ਦੂਜੀ ਗੱਲ ਹੈ ਕਿ ਇਸ ਤੋਂ ਵੀ ਜ਼ਿਆਦਾ ਵੱਡੀ ਗੱਲ ਹੈ ਕਿ ਜਦੋਂ ਵੀ ਚਾਹੇ ਉਹ ਸਾਬਕਾ ਸਰਕਾਰ ਸੀਗੀ ਸਾਬਕਾ ਜਿਹੜੀ ਪਾਰਟੀ ਦੀ ਸਰਕਾਰ ਸੀ ਚਾਹੇ ਇਸ ਟਾਈਮ ਮੌਜੂਦਾ ਪਾਰਟੀ ਦੀ ਸਰਕਾਰ ਹੈਗੀ ਹੈ ਜਦੋਂ ਵੀ ਚੋਣਾਂ ਆਉਂਦੀਆਂ ਨੇ ਇੱਦਾਂ ਦੇ ਦੋ ਤਿੰਨ ਮੁੱਦੇ ਨੇ ਜਿਨ੍ਹਾਂ ਨੂੰ ਅੱਗੇ ਲੈ ਕੇ ਆਉਂਦੀਆਂ ਪਿਛਲੀ ਚੋਣਾਂ ਦੇ ਵਿੱਚ ਵੱਡਾ ਮੁੱਦਾ ਸੀਗਾ ਮੇਨ ਮੁੱਦਿਆਂ 'ਚ ਸੀਗਾ ਦੋਨੋਂ ਪਾਰਟੀਆਂ ਦੀ ਮੈਨੀਫੈਸਟੋ ਦੇ ਵਿੱਚ ਡਰੱਗਸ ਮੇਨ ਮੁੱਦਾ ਸੀਗਾ ਜਿਸ 'ਤੇ ਕਿ ਚੋਣਾਂ ਲੜੀਆਂ ਗਈਆਂ ਸੀਗੀਆਂ ਉਹਦੇ ਬਾਵਜੂਦ ਕੋਈ ਉਹਦੇ ਦੋਨੋਂ ਹੀ ਇਹਦੀ ਖਿਲਾਫਤ ਕਰ ਰਹੀਆਂ ਸੀ ਉਸ ਟਾਈਮ 'ਤੇ ਆਪਣੇ ਆਪਣੇ ਤਰੀਕੇ ਦੇ ਨਾਲ ਇੱਕ ਦੂਜੇ ਨੂੰ ਟਾਰਗੇਟ ਕਰਦੇ ਹੋਏ ਪਰ ਜਦੋਂ ਸਰਕਾਰ ਦੇ ਵਿੱਚ ਜਾਂ ਮੈਂਡੇਟ ਜਿਹੜਾ ਹੈਗਾ ਜਨਤਾ ਨੇ ਚੱਕ ਕੇ ਕਾਂਗਰਸ ਪਾਰਟੀ ਨੂੰ ਦੇਤਾ ਤੇ ਅੱਜ ਕਾਂਗਰਸ ਦੀ ਸੂਬਾ 'ਚ ਸਰਕਾਰ ਹੈਗੀ ਹੈ ਤੇ ਉਹਨਾਂ ਨੇ ਫਿਰ ਚੱਕ ਕੇ ਆਪਣੇ ਇੱਕ ਹੋਲੀ ਬੁੱਕ ਜਿਹਨੂੰ ਆਪਾਂ ਕਹਿੰਦੇ ਹਾਂ ਗੁਟਕਾ ਸਾਹਿਬ ਹੱਥ ਵਿੱਚ ਲੈ ਕੇ ਇਸ ਤਰੀਕੇ ਦੇ ਨਾਲ ਗੱਲ ਕੀਤੀ ਪਰ ਲੱਕ ਤੋੜਨ ਦੀ ਗੱਲ 2 ਦਿਨ ਤੱਕ 4 ਦਿਨ ਤੱਕ ਤਾਂ ਸੁਣਦੀ ਰਹੀ ਉਹਦੇ ਬਾਅਦ ਅੱਜ ਫਿਰ ਉਹੀ ਹਾਲ ਹੈ ਸ਼ਾਇਦ ਉਸ ਤੋਂ ਜ਼ਿਆਦਾ ਬੁਰਾ ਹਾਲ ਹੈ ਜ਼ਿਆਦਾ ਬੁਰਾ ਇਸ ਕਰਕੇ ਹੈਗਾ ਬਾਲੀ ਸਾਹਿਬ ਵੀ ਹੁਣ ਲੜਕੀਆਂ ਵੀ ਜਿਹੜੀਆਂ ਹੈਗੀਆਂ ਉਹ ਵੀ ਨਸ਼ੇ ਦੇ ਵਿੱਚ ਪੈ ਚੁੱਕੀਆਂ ਹੋਈਆਂ ਬਹੁਤ ਸਾਰੇ ਕੇਸ ਸਾਡੇ ਸਾਹਮਣੇ ਆਏ ਆ ਤੁਹਾਡੇ ਵਿਧਾਇਕ ਨੇ ਇੱਕ ਵੀਡੀਓ ਆਪ ਜਾਰੀ ਕੀਤਾ ਸੀ ਬਠਿੰਡੇ ਦੇ ਵਿੱਚ ਕਾਂਗਰਸ ਦੇ ਵਿਧਾਇਕ ਨੇ ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਮਾਮਲੇ ਜਿਹੜੇ ਸਾਡੇ ਸਾਹਮਣੇ ਆਏ ਆ ਕੁੜੀਆਂ ਇੱਕ ਕੁੜੀ ਨੇ ਆਪਣਾ ਵੀਡੀਓ ਪਾਇਆ ਸੀ ਕਿ ਮੈਨੂੰ ਬਚਾਇਆ ਜਾਵੇ ਮੈਂ ਨਸ਼ਾ ਛੱਡਣਾ ਚਾਹੁੰਦੀ ਹਾਂ ਔਰ ਮੇਰਾ ਮਾਂ ਬਾਪ ਮੇਰਾ ਸਾਥ ਨਹੀਂ ਦੇ ਰਿਹਾ ਮੈਨੂੰ ਘਰੋਂ ਕੱਢ ਦਿੱਤਾ ਗਿਆ ਮੈਂ ਰਾਤ ਨੂੰ ਸੜਕਾਂ 'ਤੇ ਸੌਂਦੀ ਹਾਂ ਇੱਥੇ ਮੈਂ ਇੱਕ ਛੋਟੀ ਜਿਹੀ ਕਿਉਂਕਿ ਔਰਤ ਹੁੰਦੇ ਜਾਂ ਲੜਕੀ ਹੁੰਦੇ ਮਾਮਲੇ 'ਚ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗੀ ਇਹ 'ਚ ਬਹੁਤ ਵੱਡੀ ਕਨੈਕਟੀਵਿਟੀ ਹੈ ਕਿਉਂਕਿ ਉਹ ਕੁੜੀਆਂ ਇੱਕ ਖਿਲਾੜਨ ਮੈਨੂੰ ਨਾਮ ਹੁਣ ਉਹਦਾ ਯਾਦ ਨਹੀਂ ਇਕਦਮ ਆ ਰਿਹਾ ਇੱਕ ਉਹ ਪਲੇਅਰ ਸੀਗੀ ਔਰ ਉਹ ਦੇਖੋ ਓਲੰਪਿਕ ਪਲੇਅਰ ਸੀਗੀ ਉਹਦੇ ਬਾਵਜੂਦ ਉਹ ਕੁੜੀ ਨੇ ਮਤਲਬ ਕਿ ਉਹਨੂੰ ਬਚਾਉਣ ਵਾਸਤੇ ਇੱਕ ਵੀਡੀਓ ਜਾਰੀ ਹੋਈ ਸੀ ਔਰ ਸਭ ਨੇ ਦੇਖੀ ਹੋਣੀ ਤੁਹਾਡੇ ਵੀ ਸ਼ਾਇਦ ਯਾਦ ਹੋਏਗਾ ਉਹਦੇ ਵਿੱਚ ਉਹਨੇ ਇੱਥੋਂ ਤੱਕ ਕਿਹਾ ਵੀ ਡਰੱਗਸ ਦੇ ਪੈਸੇ ਤਾਂ ਪਹਿਲੇ ਮੇਰੇ ਕੋਲ ਹੁੰਦੇ ਸੀਗੇ ਉਹਦੇ ਬਾਅਦ ਈਵਨ ਉਹ ਪ੍ਰੋਸਟੀਟਿਊਸ਼ਨ 'ਚ ਚਲੀ ਗਈ ਤੁਸੀਂ ਹਾਲਾਤ ਦੇਖੋ ਮਤਲਬ ਕਿੱਥੇ ਤੱਕ ਗਿਰਾਵਟ ਔਰ ਕਿੱਥੇ ਤੱਕ ਚਲੇ ਗਈ ਸਾਡੀ ਜਵਾਨੀ ਸਾਡੀ ਜਿਹੜੀ ਇੱਥੋਂ ਦੀ ਆਵਾਮ ਹੈਗੀ ਹੈ ਉਹ ਡਰੱਗਸ ਦੇ ਨਾਲ ਕਿੱਥੇ ਤੱਕ ਡਿੱਗਣਾ ਪਿਆ ਔਰ ਹੁਣ ਪਿੱਛੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚੋਂ ਇੱਕ ਜਿਹੜੀ ਸੀ ਕੁੜੀ ਉਹ ਟੀਕਾ ਲਾਏ ਹੋਏ ਮਿਲੀ ਔਰ ਬੱਚੇ ਜਿਹੜੇ ਰੂੜੀਆਂ 'ਤੇ ਰੁਲਦੇ ਮਿਲੇ
ਇਹ ਜਿਹੜੀ ਬਹੁਤ ਵੱਡੀ ਗੱਲ ਹੈਗੀ ਔਰ ਸਾਰੀ ਜਵਾਨੀ ਸਾਡੀ ਇਸ 'ਚ ਖਤਮ ਹੋ ਗਈ ਹੈ ਔਰ ਇਹ 'ਚ ਸਿਰਫ ਜਵਾਨੀ ਨਹੀਂ ਜਿਹੜੇ ਉਸ ਤੋਂ ਵੱਡੇ ਛੋਟੇ ਖਾਸ ਕਰਕੇ ਜਦੋਂ ਔਰਤਾਂ ਦੀ ਇਸ ਤਰੀਕੇ ਦੇ ਨਾਲ ਕੁੜੀਆਂ ਦੀ ਸ਼ਮੂਲੀਅਤ ਔਰ ਇਸ ਤਰੀਕੇ ਨਾਲ ਦੇਖਣੀ ਮਿਲੀ ਇਸ ਤੋਂ ਜ਼ਿਆਦਾ ਦੁਖਾਂਤ ਵੱਡਾ ਹੋ ਨਹੀਂ ਸਕਦਾ ਔਰ ਇਹਦੇ 'ਚ ਇਹ ਆ ਸਭ ਤੋਂ ਜਿਹੜਾ ਮਾੜਾ ਅਸੀਂ ਇੱਕ ਪੱਖ ਕਹਿੰਦੇ ਹਾਂ ਇਸ ਧਰਤੀ ਦਾ ਇਹ ਗੁਰੂਆਂ ਦੀ ਧਰਤੀ ਹੈ ਔਰ ਸਾਡੇ ਮਹੱਲਿਆਂ ਦੇ ਵਿੱਚ ਦੋ ਦੋ ਕਈ ਥਾਵਾਂ 'ਤੇ ਚਾਰ ਚਾਰ ਗੁਰਦੁਆਰਾ ਸਾਹਿਬ ਹੈਗੇ ਆ ਔਰ ਉਹਨਾਂ ਦੇ ਵਿੱਚ ਸਾਰਾ ਦਿਨ ਜਿਹੜੀ ਬਾਣੀ ਹੈ ਉਹ ਚੰਗੇ ਆਚਰਣ ਦਾ ਸੰਦੇਸ਼ ਦੇਣ ਵਾਲੀ ਪੜ੍ਹੀ ਜਾਂਦੀ ਹੈ ਔਰ ਜਿਹੜੇ ਨਸ਼ਾ ਤਸਕਰ ਨੇ ਉਹ ਸਾਨੂੰ ਆਪਣੀ ਬਾਣੀ ਨਾਲੋਂ ਆਪਣੇ ਗੁਰੂਆਂ ਦੇ ਸੰਦੇਸ਼ ਨਾਲੋਂ ਤੋੜਨ ਵਿੱਚ ਸਫਲ ਹੋਏ ਆ ਸਾਡੇ ਗੁਰੂਆਂ ਦੇ ਸੰਦੇਸ਼ ਨੂੰ ਵੀ ਉਹਨਾਂ ਨੇ ਪਿੱਛੇ ਧੱਕ ਦਿੱਤਾ ਇੰਨਾ ਸ਼ਕਤੀਸ਼ਾਲੀ ਨੈਕਸਸ ਹੈ ਇਹ ਨੈਕਸਸ ਤੋਂ ਮੇਰਾ ਭਾਵ ਇਹ ਆ ਕਿ ਜਿਵੇਂ ਕੈਪਟਨ ਅਮਰਿੰਦਰ ਸਿੰਘ ਅੱਜ ਮੁੱਖ ਮੰਤਰੀ ਨੇ ਉਹਨਾਂ ਨੇ ਆਪ ਇਹ ਗੱਲ ਕਹੀ ਸੀ ਕਿ ਸਿਆਸਤਦਾਨ ਪੁਲਿਸ ਅਫਸਰ ਅਤੇ ਤਸਕਰ ਇਹਨਾਂ ਦਾ ਗੱਠਜੋੜ ਹੈ ਜਿਹਨੂੰ ਮੈਂ ਤੋੜਨਾ ਆ ਉਹਨਾਂ ਨੇ ਕਿਹਾ ਸੀ ਉਹ ਜ਼ਿੰਮੇਵਾਰ ਹੈਗੇ ਆ ਬ੍ਰੇਕ ਦਾ ਵੇਲਾ ਬ੍ਰੇਕ ਤੋਂ ਬਾਅਦ ਅਸੀਂ ਗੱਲ ਕਰਾਂਗੇ ਇਸੇ ਮਸਲੇ ਦੇ ਉੱਪਰ ਕਿ ਇਹਨੂੰ ਤੋੜਨ ਵਾਸਤੇ ਕੌਣ ਇਸ ਧਰਤੀ ਦੇ ਉੱਤੇ ਅਜਿਹੀ ਸਰਕਾਰ ਆਏਗੀ ਅਜਿਹੇ ਮੁੱਖ ਮੰਤਰੀ ਦੀ ਸਰਕਾਰ ਆਏਗੀ ਜਿਹਦੇ ਤੋਂ ਅਸੀਂ ਆਸ ਕਰ ਸਕਦੇ ਹਾਂ ਬਣੇ ਰਹੋ ਛੋਟੀ ਜਿਹੀ ਬ੍ਰੇਕ ਆ ਬ੍ਰੇਕ ਤੋਂ ਬਾਅਦ ਅਸੀਂ ਤੁਰੰਤ ਹਾਜ਼ਰ ਹੁੰਦੇ ਹਾਂ।